ਤੋਲ ਤੋਂ ਅੱਜ ਆਪਾਂ ਗੱਲ ਕਰਾਂਗੇ, ਕਿਉਂਕਿ ਸਾਡੇ ਦੇਸ਼ ਵਿੱਚ ਬਹੁਤ ਚਰਚਾ ਹੋ ਰਹੀ ਹੈ ਕਿ ਕਰੋਨਾ ਦੀ ਤੀਸਰੀ ਲਹਿਰ ਹੈ ਜਿਹੜੀ ਬਹੁਤ ਵੱਡੀ ਮਾਤਰਾ ਵਿੱਚ ਆ ਰਹੀ ਹੈ। ਇਹਦੇ ਬਾਰੇ ਮੈਂ ਆਪਣੇ ਵਿਚਾਰ ਜ਼ਰੂਰ ਦੇਣਾ ਚਾਹੂੰਗਾ, ਇਹਦੇ ਬਾਰੇ ਕਿਵੇਂ ਸੁਰੱਖਿਆ ਕੀ ਕਰ ਸਕਦੇ ਹਾਂ ਅਸੀਂ ਆਪਣੇ ਆਪ ਦੀ, ਜਾਂ ਕੀ ਸੰਭਾਵਨਾ ਇਹਦੀ, ਇਸ ਬਾਰੇ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ। ਦੋਸਤੋ, ਜਿਵੇਂ ਆਪਾਂ ਨੂੰ ਪਤਾ ਹੈ ਵੀ ਸਾਡੇ ਦੇਸ਼ ਵਿੱਚ ਬਹੁਤ ਸਾਰੇ ਵਿਅਕਤੀ ਅਜਿਹੇ ਨੇ ਜਿਨ੍ਹਾਂ ਨੂੰ ਕਰੋਨਾ ਹੋ ਚੁੱਕਿਆ ਹੈ, ਜਿਨ੍ਹਾਂ ਨੇ ਘਰਾਂ 'ਚ ਰਹਿ ਕੇ ਆਪਦਾ ਇਲਾਜ ਵਗੈਰਾ ਕੀਤਾ, ਅਤੇ ਉਹਨਾਂ 'ਚੋਂ ਮੇਰੇ ਅੰਦਾਜ਼ੇ ਅਨੁਸਾਰ 70-80 ਕਰੋੜ ਵਿਅਕਤੀ ਅਜਿਹੇ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਕਰੋਨਾ ਹੋ ਚੁੱਕਿਆ। 20-30 ਕਰੋੜ ਬੰਦਾ ਉਸ ਸਮੇਂ ਤੱਕ ਮੇਰੇ ਖਿਆਲ ਦੇ ਵਿੱਚ, ਯਾਨੀ ਕਿ ਜਿਨ੍ਹਾਂ ਨੇ ਡੋਜ਼ ਵਗੈਰਾ ਲੈ ਲਈਆਂ, ਵੈਕਸੀਨ ਦੀਆਂ ਦੋਨੇ ਡੋਜ਼ ਲੈ ਚੁੱਕੇ ਨੇ ਜਾਂ ਲੈ ਲੈਣਗੇ, ਉਹ ਅਜਿਹਾ ਹੈਗਾ। ਇਸ ਕਰਕੇ ਸਾਡੇ ਦੇਸ਼ ਦੀ 100 ਕਰੋੜ ਆਬਾਦੀ ਹੈ ਜਿਹੜੀ, ਉਹ ਲਗਭਗ ਕਰੋਨਾ ਦੇ ਡਰ ਤੋਂ ਫਿਲਹਾਲ ਮੁਕਤ ਹੋ ਚੁੱਕੀ ਹੈ। ਪਰ ਵਾਇਰਸ ਹੈਗਾ, ਇਸ ਕਰਕੇ ਵਾਇਰਸ ਹਜੇ ਕਿਤੇ ਜਾ ਨਹੀਂ ਰਿਹਾ। ਇਸ ਕਰਕੇ ਰਿਮੇਨਿੰਗ ਜਿਹੜੇ 30-35 ਕਰੋੜ ਬੰਦਾ ਰਹਿੰਦਾ ਹੈਗਾ, ਉਹਨਾਂ ਦੇ ਵਿੱਚੋਂ ਬੱਚੇ ਵੀ ਰਹਿੰਦੇ ਨੇ ਜਿਹਨਾਂ ਨੂੰ ਕੋਈ ਵੈਕਸੀਨ ਨਹੀਂ ਲੱਗੀ। ਇਸ ਕਰਕੇ ਸੰਭਾਵਨਾ ਇਸ ਗੱਲ ਦੀ ਬਣਦੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਬਜ਼ੁਰਗ ਹੈ ਉਹਨਾਂ ਦੇ ਉੱਪਰ, ਜਿਵੇਂ ਪਹਿਲੀ ਲਹਿਰ ਦੇ ਵਿੱਚ ਜ਼ਿਆਦਾ ਬਜ਼ੁਰਗਾਂ ਦੀ ਉਹ ਹੋਈ, ਡੈਥ ਹੋਈ, ਅਤੇ ਜਿਹੜੀ ਸੈਕਿੰਡ ਲਹਿਰ ਸੀ ਇਹਦੇ 'ਚ 40-40 ਲੱਖ ਬੰਦਾ ਬਾਹਰਲੀਆਂ ਏਜੰਸੀਆਂ ਦੇ ਅੰਕੜਿਆਂ ਦੇ ਅਨੁਸਾਰ 40-40 ਲੱਖ ਬੰਦਾ ਹਿੰਦੁਸਤਾਨ ਦੇ ਵਿੱਚੋਂ ਮਰ ਚੁੱਕਿਆ। ਇਸ ਕਰਕੇ ਰਿਮੇਨਿੰਗ ਜਿਹੜੇ 30 ਕਰੋੜ ਬੰਦਾ ਰਹਿੰਦਾ ਹੈ, ਇਹਦੇ ਵਿੱਚੋਂ 8-10 ਲੱਖ ਬੰਦਾ ਜਿਹੜਾ ਤੀਸਰੀ ਲਹਿਰ ਦੀ ਭੀਂਟ ਨਹੀਂ ਚੜ੍ਹ ਸਕਦਾ ਹੈ। ਸਾਨੂੰ ਉਹਦੇ 'ਚੋਂ ਬਚਾਉਣ ਲਈ ਜ਼ਰੂਰੀ ਗੱਲਾਂ ਜਿਹੜੀਆਂ ਉਸ ਕਰਨੀਆਂ ਚਾਹੀਦੀਆਂ ਨੇ। ਉਹਨਾਂ ਜ਼ਰੂਰੀ ਗੱਲਾਂ ਦੇ ਵਿੱਚ ਸਭ ਤੋਂ ਵੱਧ ਜ਼ਰੂਰੀ ਗੱਲ ਇਹ ਆਉਂਦੀ ਹੈ ਵੀ ਅਸੀਂ ਪ੍ਰੋਟੈਕਸ਼ਨ ਆਪਣੀ ਕਰੀਏ। ਸਾਡੇ ਦੇਸ਼ ਵਿੱਚ ਸਾਨੂੰ ਪਤਾ ਹੈ ਵੀ ਜਿਹੜੀਆਂ ਸਰਕਾਰਾਂ ਨੇ ਉਹ ਇੰਟਰਨੈਸ਼ਨਲੀ ਮਿਆਰਾਂ ਦੇ ਅਨੁਸਾਰ ਬਹੁਤ ਘੱਟ ਚੱਲ ਰਹੀਆਂ ਨੇ, ਅਤੇ ਇੱਥੇ ਦੀ ਸਰਕਾਰ ਹੈ ਜਿਹੜੀ, ਕਿਉਂਕਿ ਹਿੰਦੂ ਧਰਮ ਨਾਲ ਸੰਬੰਧਿਤ ਹੈ, ਇਸ ਕਰਕੇ ਹਿੰਦੂ ਧਰਮ ਦੇ ਵਿੱਚ ਬਜ਼ੁਰਗ ਵਹਿਦ ਨੂੰ ਬਹੁਤ ਪਹਿਲ ਦਿੱਤੀ ਜਾਂਦੀ ਹੈ। ਬਜ਼ੁਰਗ ਵਹਿਦ ਨਾਲ ਸੰਬੰਧਿਤ ਯਾਨੀ ਕਿ ਦਵਾਈਆਂ ਵਗੈਰਾ ਲੈ ਕੇ ਆ ਰਹੇ ਨੇ, ਜਿਨ੍ਹਾਂ ਨੂੰ ਮੇਰਾ ਖਿਆਲ ਹੈ ਇੰਟਰਨੈਸ਼ਨਲੀ ਸਾਨੂੰ ਦੇਖਣਾ ਚਾਹੀਦਾ, ਇੰਟਰਨੈਸ਼ਨਲੀ ਜਿਹੜੇ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਚੀਜ਼ਾਂ ਉਹਨਾਂ ਨੂੰ ਵਰਤਣਾ ਚਾਹੀਦਾ। ਰਹੀ ਗੱਲ ਵੀ ਇਹਦੇ 'ਚ ਜਿਹੜੀਆਂ ਪ੍ਰੀਕਾਸ਼ਨ 'ਚ ਅਸੀਂ ਬਚਣ ਲਈ ਪਹਿਲਾਂ ਵੀ ਲੈਂਦੇ ਰਹੇ ਹਾਂ, ਅਤੇ ਹੁਣ ਜੇ ਲਵਾਂਗੇ ਅਸੀਂ ਆਪਣੇ ਪਰਿਵਾਰਾਂ ਨੂੰ ਉਹਨਾਂ ਰਾਹੀਂ ਬਚਾ ਵੀ ਸਕਦੇ ਹਾਂ। ਜਿਵੇਂ ਜੇ ਪਿੰਡਾਂ ਵਾਲੇ ਲੋਕਡਾਊਨ ਕਰ ਲੈਣਗੇ, ਹਰੇਕ ਜਾਣ ਵਾਲੇ ਵਿਅਕਤੀ ਨੂੰ ਅਤੇ ਆਉਣ ਵਾਲੇ ਜਾਣ ਵਾਲੇ ਵਿਅਕਤੀ ਨੂੰ ਮਾਸਕ ਕਿਹੜੀ ਫੜਾਉਂਗੇ ਵੀ ਤੁਸੀਂ ਮਾਸਕ ਹੀ ਲਾ ਕੇ ਰੱਖਣੀ ਹੈ, ਇਸ ਕਰਕੇ ਮਾਸਕ ਲਾ ਕੇ ਆਉਣਾ ਹੈ। ਜਦੋਂ ਪਿੰਡ 'ਚ ਆਉਣਗੇ ਉਹਨਾਂ ਤੋਂ ਮਾਸਕ ਐੜੀ ਦੇਖ ਕੇ ਫਿਰ ਹੀ ਪਿੰਡ 'ਚ ਆਉਣ ਦੇਣਾ, ਕਿਉਂਕਿ ਉਹਦੇ 'ਚ ਇਹ ਹੋਜੂਗਾ ਵੀ ਕਰੋਨਾ ਵਾਇਰਸ ਕਿਸੇ ਪਿੰਡ ਦੇ ਵਿੱਚ ਨਹੀਂ ਆਊਗਾ। ਜਾਂ ਦੂਸਰੀ ਗੱਲ ਹੈ ਵੀ ਉਹਨਾਂ ਨੂੰ ਆਪਦੇ ਪਿੰਡਾਂ ਦੇ ਵਿੱਚ ਜਿਹੜੇ ਵੀ ਡਾਕਟਰ ਅਵੇਲੇਬਲ ਨੇ ਉਹਨਾਂ ਨੂੰ ਇਹ ਕਹਿਣਾ ਹੈਗਾ ਕਿ ਤੁਸੀਂ ਵਧੀਆ ਚੁੱਪਟ ਢੰਗ ਨਾਲ ਹੋਵੋ, ਜੋ ਯਾਨੀ ਕਿ ਦਵਾਈਆਂ ਬੂਟੀਆਂ ਜਿਹੜੀਆਂ ਹਿੰਦੂ ਦੁਨੀਆਂ ਪੱਧਰ ਦੇ ਉੱਪਰ ਵਰਤੀਆਂ ਜਾਂਦੀਆਂ ਨੇ ਉਹਨਾਂ ਨੂੰ ਸਿੱਖੋ, ਅਤੇ ਇੱਥੇ ਸਾਡੇ ਪਿੰਡ ਦੇ ਵਿੱਚ ਤੁਹਾਡੇ ਜਿਹੜੇ ਮਰੀਜ਼ ਹੈ ਉਹ ਤੁਹਾਡੇ ਹਵਾਲੇ ਹੋਣਗੇ, ਅਤੇ ਤੁਸੀਂ ਪਲੀਜ਼ ਉਹਨਾਂ ਨੂੰ ਵਧੀਆ ਢੰਗ ਨਾਲ ਕੇਅਰ ਕਰਨੀ, ਮਰੀਜ਼ਾਂ ਦੇ ਉੱਪਰ ਉਹਨਾਂ ਦਾ ਰਾਖੀ ਕਰਨੀ। ਐਵੇਂ ਜੇਕਰ ਸੋਸ਼ਲ ਡਿਸਟੈਂਸਿੰਗ ਹੈ, ਜੇ ਅਸੀਂ ਇਸ ਕਿਸਮ ਦੀਆਂ ਜਾਂ ਹੱਥ ਧੋਣ ਦੀ ਨਹੀਂ ਪ੍ਰਕਿਰਿਆ ਸੀ, ਜੇ ਅਸੀਂ ਇਸ ਕਿਸਮ ਦੇ ਗੱਲਾਂ ਅਪਣਾ ਕੇ ਚੱਲਾਂਗੇ ਤਾਂ ਆਉਣ ਵਾਲੀ ਥਰਡ ਵੇਵ ਦੇ ਵਿੱਚ ਵੀ ਅਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਜੋ ਆਪਣੇ ਘਰ ਦੇ ਮੈਂਬਰ ਹੈ ਉਹਨਾਂ ਨੂੰ ਸੁਰੱਖਿਅਤ ਬਚਾ ਕੇ ਬਾਹਰ ਨਿਕਲ ਜਾਵਾਂਗੇ। ਇਹਦੇ 'ਚ ਸਭ ਤੋਂ ਜ਼ਰੂਰੀ ਗੱਲ ਇਹੀ ਆਉਂਦੀ ਹੈ, ਕਿਉਂਕਿ ਦੁਨੀਆਂ ਪੱਧਰ ਦੇ ਉੱਪਰ ਹੁਣ ਤਾਂ ਤਜਰਬੇ ਹੋ ਚੁੱਕੇ ਨੇ, ਬਹੁਤ ਸਾਰੇ ਦੇਸ਼ ਅਜਿਹੇ ਨੇ ਜਿਨ੍ਹਾਂ ਨੇ ਆਪਣੇ ਸਾਰੇ ਨਾਗਰਿਕਾਂ ਨੂੰ ਉਹ ਇੰਜੈਕਸ਼ਨ ਲਵਾ ਚੁੱਕੇ ਨੇ। ਇਸ ਕਰਕੇ ਦੋਸਤੋ ਉਹ ਦੇਸ਼ ਹੈ ਜਿਹੜੇ ਇਹਨਾਂ ਇਹਦੇ ਵਾਇਰਸ ਦੇ ਡਰ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਨੇ, ਕਿਉਂ ਨਾ ਅਸੀਂ ਵੀ ਸਾਰੇ
ਇਦਾਂ ਕਰੀਏ ਵੀ ਜਿਹੜੇ ਇੰਜੈਕਸ਼ਨ ਅਸੀਂ ਲਵਾ ਸਕਦੇ ਹਾਂ ਉਹ ਲਵਾਈਏ, ਜੇ ਅਸੀਂ ਇੰਜੈਕਸ਼ਨ ਲਵਾ ਸਕਦੇ ਹਾਂ ਤੇ ਫਿਰ ਹੀ ਅਸੀਂ ਆਪਣੇ ਦੇਸ਼ ਨੂੰ ਬਚਾ ਸਕਦੇ ਹਾਂ। ਇਸ ਕਰਕੇ ਦੋਸਤੋ ਇਹਨਾਂ ਗੱਲਾਂ ਵੱਲ ਧਿਆਨ ਦੇ ਕੇ ਅਸੀਂ ਇਸ ਜਾਣੀ ਕਿ ਲਹਿਰ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਦਾ ਯਤਨ ਕਰੀਏ, ਕਿਉਂਕਿ ਜਿਹੜਾ ਇਹ ਨੌਲੇਜ ਹੁੰਦੀ ਹੈ, ਜਿਹੜਾ ਗਿਆਨ ਹੁੰਦਾ ਹੈ, ਜੇ ਕੋਈ ਗਿਆਨ ਸਾਨੂੰ ਮਿਲਦਾ ਹੈ ਤਾਂ ਗਿਆਨ ਸਾਨੂੰ ਜਿੱਥੋਂ ਵੀ ਮਿਲਦਾ ਹੈ, ਤੇ ਜਿਹੜਾ ਜੈਨੂਅਨ ਗਿਆਨ ਹੈ, ਕਿਉਂਕਿ ਗਿਆਨ ਨੂੰ ਵੀ ਇੱਥੇ ਪਰਖਣਾ ਪੈਂਦਾ ਹੈ ਕਿ ਕਿਹੜਾ ਗਿਆਨ ਸਹੀ ਗਿਆਨ ਹੈ, ਕਿਹੜਾ ਗਿਆਨ ਗਲਤ ਗਿਆਨ ਹੈ। ਇਹਦੇ ਪੱਧਰਾਂ ਇਹੀ ਨੇ, ਇਹਨਾਂ ਨੂੰ ਸਾਇੰਸ ਦੀ ਕਸੌਟੀ ਦੇ ਉੱਪਰ ਵਰਤੋ, ਇਹਨਾਂ ਨੂੰ ਇੰਟਰਨੈਸ਼ਨਲੀ ਵਰਤੋ ਕਿ ਸਾਰੀ ਦੁਨੀਆ 'ਚ ਵਰਤਿਆ ਜਾ ਰਿਹਾ ਹੈ। ਜਿਹੜੇ ਇੱਕ ਇਲਾਕੇ ਜਾਂ ਇੱਕ ਕੌਮਾਂ ਜਾਂ ਇੱਕ ਧਰਮ ਦੇ ਲੋਕ ਵਰਤਦੇ ਨੇ ਉਸ ਗਿਆਨ ਤੋਂ ਪਲੀਜ਼ ਇਗਨੋਰ ਕਰੋ, ਕਿਉਂਕਿ ਤਜਰਬੇ ਇਹੀ ਕਹਿੰਦੇ ਨੇ ਵੀ ਦੁਨੀਆ ਸਾਨੂੰ ਇੰਟਰਨੈਸ਼ਨਲ ਸੋਚਦੇ ਹੋਣੇ ਚਾਹੀਦਾ ਹੈ। ਦੁਨੀਆ ਅੱਜ ਇੱਕ ਪਿੰਡ ਬਣ ਚੁੱਕੀ ਹੈ, ਇਸ ਕਰਕੇ ਅਸੀਂ ਕਰੋਨਾ ਲਹਿਰ ਨੂੰ, ਕਿਉਂਕਿ ਸਾਡਾ ਦੇਸ਼ ਹੀ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ ਦੁਨੀਆ ਦੇ ਵਿੱਚ। ਅਸੀਂ ਜੇ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੇਖੀਏ ਜਾਂ ਕਰੋਨਾ ਨਾਲ ਮਰਨ ਵਾਲੇ ਬੰਦਿਆਂ ਦੀ ਗਿਣਤੀ ਜਦੋਂ ਵੀ ਕਾਊਂਟ ਹੋਊਗੀ, ਸਾਡੇ ਦੇਸ਼ ਦੇ ਵਿੱਚ ਸਭ ਤੋਂ ਵੱਧ ਹੋਊਗੀ। ਇਸ ਕਰਕੇ ਦੋਸਤੋ ਮੈਂ ਮੇਰੇ ਦੇਸ਼ ਦੇ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਕਰੋਨਾ ਦੀ ਤੀਸਰੀ ਲਹਿਰ ਤੋਂ ਜ਼ਿਆਦਾ ਡਰਨ ਦਾ ਲੋੜ ਨਹੀਂ। ਜਿਹੜੇ ਕਹਿੰਦੇ ਹੁੰਦੇ ਨੇ ਵੀ ਜਿਹੜੇ ਬੰਦੇ ਆ ਜਿਹੜੇ ਉਹ ਪਹਿਲਾਂ ਹੀ ਉਦੋਂ ਜ਼ਿਆਦਾ ਯਾਨੀ ਕਿ ਉਹਦਾ ਉਹ ਹੋ ਚੁੱਕੇ ਨੇ, ਸਕਾਰ ਹੋ ਚੁੱਕੇ ਨੇ, ਉਹ ਘੱਟ ਤੋਂ ਡਰਨਗੇ ਨਹੀਂ। ਇਸ ਕਰਕੇ ਡਰਨ ਨਾਲ ਕੋਈ ਚੀਜ਼ ਦਾ ਹੱਲ ਨਹੀਂ ਹੁੰਦਾ, ਹੱਲ ਤਾਂ ਸਿਰਫ ਨਿਡਰ ਹੋਣ ਨਾਲ ਤੇ ਗਿਆਨ ਵਧਾ ਕੇ ਹੀ ਕੀਤਾ ਜਾ ਸਕਦਾ ਹੈ। ਇਸ ਕਰਕੇ ਦੋਸਤੋ ਮੈਂ ਤੁਹਾਨੂੰ ਫੇਰ ਅਪੀਲ ਕਰੂੰਗਾ ਕਿ ਤੁਸੀਂ ਇਹਨਾਂ ਗੱਲਾਂ ਤੋਂ ਬਚੋ, ਜੇ ਅਸੀਂ ਆਪਣੇ ਦੇਸ਼ ਨੂੰ ਬਚਾ ਸਕਦੇ ਹਾਂ, ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾ ਸਕਦੇ ਹਾਂ ਤਾਂ ਸਾਨੂੰ ਕੀ ਕਰਨੀ ਚਾਹੀਦੀ ਹੈ। ਧੰਨਵਾਦ ਦੋਸਤੋ, ਧੰਨਵਾਦ।